ਧਰਨਾ ਕਿਉਂਕਿ ਜਿਹੜਾ ਪੋਲਿਊਸ਼ਨ ਦੀ ਗੱਲ ਚੱਲ ਰਹੀ ਹੈ, ਪਰਾਲੀ ਦੇ ਮੁੱਦੇ 'ਤੇ 2 ਸਾਲ ਤੋਂ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਪਰਾਲੀ ਨਹੀਂ ਸਾੜਨੀ ਜਿਹੜੀ ਪਹਿਲਾਂ ਹਮੇਸ਼ਾ ਸੜਦੀ ਹੈਗੀ। ਅਸੀਂ ਵੀ ਮਹਿਸੂਸ ਕਰਦੇ ਹਾਂ ਵੀ ਜਿਹੜਾ ਪੋਲਿਊਸ਼ਨ ਹੈ ਇਹ ਸਭ ਨੂੰ ਤੰਗ ਕਰਦਾ ਸਾਹ ਲੈਣ 'ਚ, ਪਰ 2 ਸਾਲ ਦੇ ਅੰਦਰ ਸਵੈ ਪਾਬੰਦੀ ਤੋਂ ਸਰਕਾਰ ਨੇ ਇਹਦੇ ਹੱਲ ਵਾਸਤੇ ਕੁਛ ਨਹੀਂ ਕੀਤਾ। 2 ਸਾਲ ਪਹਿਲਾਂ ਜਿਹੜੇ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਚੱਲਦੀਆਂ ਸੀ ਖੇਤਾਂ 'ਚ, ਉਹ ਜਿੰਨੀ ਪਰਾਲੀ ਲਿਜਾਂਦੀਆਂ ਸੀ ਜੱਟ ਤੋਂ ਫ੍ਰੀ ਖੇਤ 'ਚੋਂ ਕੱਟਦੀਆਂ ਸੀ ਅਤੇ ਮਿਲਣ ਵਾਲਿਆਂ ਤੋਂ ਪੈਸੇ ਲੈ ਲੈਂਦੇ ਅਤੇ ਕੰਮ ਚੱਲ ਜਾਂਦਾ ਸੀ। ਉਹ ਵਧਾਉਣ ਦੀ ਜਗ੍ਹਾ ਇਕਲਾ ਸਰਕਾਰ ਨੇ NGT ਕਰਕੇ ਪਾਬੰਦੀ ਲਾਤੀ ਅਤੇ ਮਸ਼ੀਨਾਂ ਦਾ ਕੋਈ ਬੰਦੋਬਸਤ ਨਹੀਂ ਕੀਤਾ। ਇੱਥੋਂ ਤੱਕ ਹੈ ਜਿਹੜੀਆਂ ਮਸ਼ੀਨਾਂ ਪਿਛਲੇ ਸਾਲ ਕੱਟਿਆ ਜਿਨ੍ਹਾਂ ਨੇ 1,000-1,500 ਰੁਪਏ ਕਿਸਾਨਾਂ ਤੋਂ ਲਿਆ ਅਤੇ ਮਿੱਲਾਂ ਨੂੰ ਪਰਾਲੀ ਦਿੱਤੀ, ਅਫਸੋਸ ਹੈ ਉਹ ਮਿੱਲਾਂ ਸਿਆਸੀ ਬੰਦਿਆਂ ਦੀਆਂ ਨੇ। ਘਨੌਰ ਦੇ ਵਿੱਚ ਇੱਕ ਬਿਜਲੀ ਪੈਦਾ ਕਰਦਾ ਕਾਰਖਾਨਾ ਹੈ, 4.25 ਕਰੋੜ ਰੁਪਈਆ ਜਿਨ੍ਹਾਂ ਨੇ ਇਹ ਕੰਮ ਕੀਤਾ ਗੰਢਾ ਬਣਾ ਕੇ ਦਿੱਤੀਆਂ ਉਹਨਾਂ ਦਾ ਰੱਖੀ ਬੈਠਾ। ਖਾਸ ਕਰਕੇ ਨਾਭੇ ਦੇ ਵਿੱਚ 1.5-2 ਕਰੋੜ ਰੁਪਈਆ ਨਾਭੇ ਦੀ ਜਿਨ੍ਹਾਂ ਨੇ ਮਸ਼ੀਨਾਂ ਨਾਲ ਗੰਢਾਂ ਬਣਾਈਆਂ ਉਹਨਾਂ ਦੀ ਉਹ ਪੇਮੈਂਟ ਫਸ ਗਈ, ਉਹਨਾਂ ਨੇ ਹੱਥ ਖੜ੍ਹੇ ਕਰਤੇ। ਉਹਦਾ ਇਹ ਹੋ ਗਿਆ ਬਾਜ਼ਾਰ ਦੇ ਵਿੱਚ ਭਾਅ 2,000-3,000 ਗੰਢਾਂ ਬਣਾਉਣ ਦਾ, ਔਰ ਉਹ ਚੱਕਦੇ ਨਹੀਂ ਖੇਤਾਂ 'ਚ ਪਈਆਂ। ਅਸੀਂ ਸਰਕਾਰ ਨੂੰ ਪਿਛਲੇ ਸਾਲ ਵੀ ਡੀਸੀ ਸਾਹਿਬ ਨੂੰ ਮੰਤਰੀ ਸਾਹਿਬ ਦੇ ਰਾਹੀਂ ਇਹ ਸੁਨੇਹਾ ਦਿੱਤਾ ਸੀ ਵੀ ਤੁਸੀਂ ਜਿਹੜੀ ਉੱਪਰ ਲੁੰਗ ਜੀ ਨੂੰ ਬੰਨ ਕਹਿੰਦੇ ਆ ਜਿਹੜਾ ਮਸ਼ੀਨ ਦੇ ਵਿੱਚ ਦੀ ਨਿਕਲਦਾ ਥੋੜ੍ਹਾ ਭੂਤ ਹੁੰਦਾ ਹੈ ਉਹਨਾਂ ਨੂੰ ਫੂਕਣ ਦੀ ਇਜਾਜ਼ਤ ਦੋ, ਪੂਰਾ ਕਿਉਂ ਫੁਕਵਾਉਂਦੇ ਹੋ? ਸਰਕਾਰ ਪਾਬੰਦੀ ਲਾ ਕੇ ਪੂਰੇ ਖੇਤ ਤਾਂ ਫੁਕਵਾਉਂਦੀ ਹੈ, ਉੱਪਰੋਂ ਉੱਪਰੋਂ ਨਹੀਂ ਫੂਕਣ ਦਿੰਦੀ। ਸੋ ਅਸੀਂ ਇਹਨਾਂ ਨੂੰ ਵੀ ਜਿੰਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਜਿਹਨਾਂ ਕੋਲ ਸਾਧਨ ਨੇ ਉਹ ਅੱਗ ਨਾ ਲਾਓ, ਜਿਨ੍ਹਾਂ ਦੀ ਮਜਬੂਰੀ ਹੈ ਉਹ ਲੁੰਗ ਲੁੰਗ ਫੂਕ ਕੇ ਇਹਨੂੰ ਆਪਦਾ ਕੰਮ ਸਾਰ ਲੈਣ ਤਾਂ ਕਿ ਲੋਕਾਂ ਨੂੰ ਸਾਹ ਦੇ ਵਿੱਚ ਦਿੱਕਤ ਨਾ ਆਵੇ। ਅਸੀਂ ਮੰਤਰੀ ਜੀ ਕੋਲ, ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਸਾਡੇ 'ਤੇ ਮਿਹਰਬਾਨੀ ਕੀਤੀ ਉੱਦਮ ਕਰਕੇ ਕਹਿ ਕੇ ਵੀ ਹਾਂ ਵੀ ਜਿਹਦਾ ਸਰਦਾ ਹੈ ਸਾਰੋ, ਜਿਹਦਾ ਨਹੀਂ ਸਰਦਾ ਉਹ ਇਹਨੂੰ ਪਰਾਲੀ ਨੂੰ ਸਾੜ ਕੇ ਅੱਗ ਲਾ ਲਓ। ਸੋ ਇਸ ਗੱਲ ਦਾ ਹੈ, ਸਾਡੇ 52 ਸੁਸਾਇਟੀਆਂ ਨੇ, ਇੱਕ ਵੀ ਸੁਸਾਇਟੀ ਸਮਾਨ ਨਹੀਂ ਦਿੱਤਾ ਸਰਕਾਰ ਨੇ ਅਜੇ ਤੱਕ ਪਰਾਲੀ ਨੂੰ ਸਾਂਭਣ ਦਾ। ਸੋ ਇਸ ਲਈ ਜਿਹੜੇ ਨਾਦਰਸ਼ਾਹੀ ਫਰਮਾਨ ਨੇ ਕਿੰਨੇ ਕੁ ਚੱਲਣਗੇ? ਕੁੱਟਣ ਮਾਰਨ ਵਾਲੇ, ਧੱਕਣ ਵਾਲੇ, ਕਿਸਾਨ ਨੂੰ ਜਲੀਲ ਕਰਨ ਵਾਲੇ ਕਿੰਨੇ ਕੁ ਚੱਲਣਗੇ? ਉਹਦੇ ਨਾਲ ਤਾਂ ਸਭ ਘਰ ਰੋਸ 'ਚੋਂ ਵਿਰੋਧ ਜਾਗਦਾ। ਦੇਖੋ ਗੱਲ ਇੱਕ ਹੈ, ਇਹ ਜਿਹੜਾ ਸਰਕਾਰ ਦਾ ਜਿਹੜਾ ਘੋੜਾ ਹੈ ਇਹ ਕਿਸਾਨ 'ਤੇ ਹਿੰਕਦਾ। ਫੈਕਟਰੀਆਂ ਦੇ ਵਿੱਚ ਵੀ ਪੋਲਿਊਸ਼ਨ ਬਹੁਤ ਜ਼ਿਆਦਾ, ਈਵਨ ਇਹ ਹੈ ਫੈਕਟਰੀਆਂ ਦਾ ਪਾਣੀ ਵੀ ਪਲੂਟ ਕਰ ਰਹੀਆਂ ਨੇ, ਜਿੰਨਾ ਮੈਟਲ ਵਾਲਾ ਪਾਣੀ ਹੈ ਸਾਰਾ 200 ਫੁੱਟ ਥੱਲੇ ਪਾਣੀ 'ਚ ਭੇਜਦੀਆਂ ਨੇ। ਔਰ ਇਹਨਾਂ ਨੂੰ ਹੁਣ ਜਾਗ ਆਈ ਹੈ, ਪਿਛਲੇ 15 ਸਾਲਾਂ ਤੋਂ ਇੱਥੇ ਦੇ ਦਰਿਆਵਾਂ 'ਚ ਅਤੇ ਨਹਿਰਾਂ ਦੇ ਵਿੱਚ ਜਿੰਨਾ ਗੰਦਾ ਪਾਣੀ ਆ ਉਹ ਪੈ ਰਿਹਾ, ਲੋਕ ਪੀਣ ਵਾਸਤੇ ਮਜਬੂਰ ਨੇ। ਇਹ ਤਾਂ ਜਿੱਧਰਲੇ ਪਾਸੇ ਮੜ ਜਾ ਇਸ਼ਾਰਾ ਹੋ ਜਾਂਦਾ ਉੱਧਰ ਨੂੰ ਤੁਰ ਪੈਂਦੇ ਨੇ। ਅਸਲ ਮਾਨਿਆਂ 'ਚ ਜਿਹੜੀ ਇੱਥੇ ਸਰਕਾਰਾਂ ਆਉਂਦੀਆਂ ਨੇ ਠੇਕੇਦਾਰੀ ਸਿਸਟਮ ਨੇ ਲੁੱਟਦੇ, ਇਹਨਾਂ ਨੂੰ ਕਿਸਾਨਾਂ ਦਾ ਆਮ ਲੋਕਾਂ ਦਾ ਕੋਈ ਫਿਕਰ ਨਹੀਂ, ਨਾ ਸਿਹਤ ਸੇਵਾਵਾਂ ਦਾ ਫਿਕਰ ਹੈ, ਨਾ ਵਿੱਦਿਆ ਦਾ ਫਿਕਰ ਹੈ, ਆਹ ਨਾਦਰਸ਼ਾਹੀ ਫਰਮਾਨ ਦੇਣ ਵਾਸਤੇ ਤਕੜੇ ਨੇ। ਧਰਨਾ ਜੀ, ਜਿਵੇਂ GNT ਨੇ ਫੈਸਲਾ ਕਰਿਆ ਸੀ ਵੀ ਜਿਹੜਾ 2.5 ਏਕੜ ਵਾਲਾ ਕਿਸਾਨ ਉਹਨੂੰ ਮਸ਼ੀਨਰੀ ਫ੍ਰੀ ਦਿਓ ਪਰਾਲੀ ਉਹ ਸਾਂਭਣ ਵਾਸਤੇ, ਜਿਹੜਾ 5 ਏਕੜ ਵਾਲਾ ਉਹਨੂੰ 2,500-5,000 ਰੁਪਈਆ ਦਿਓ, 5,000 ਤੇ ਦਿਓ, ਜਿਹੜਾ ਦੂਸਰਾ ਉਹਨੂੰ 15,000 ਲੈ ਕੇ ਦਿਓ। ਸੋ ਇਹ ਅੱਜ ਤੱਕ ਇਹ ਕਿਸੇ ਕਿਸਾਨ ਨੂੰ ਤਾਂ ਇਹਨਾਂ ਨੇ ਦਿੱਤਾ ਹੀ ਨਹੀਂ। ਸੋ ਇਹ ਕਿਸਾਨ ਦੀ ਮਜਬੂਰੀ ਹੋ ਗਈ ਵੀ ਜਿਹੜਾ ਉਹ ਗਰੀਬ ਉਹ ਤਾਂ ਕਰੇ ਨਹੀਂ ਕੁਛ ਸਕਦਾ, ਹੁਣ 3,000 ਰੁਪਈਏ ਤੱਕ ਗੰਢਾਂ ਵਾਲਿਆਂ ਨੇ ਰੇਟ ਕਰਤਾ, ਉੱਧਰ ਕੁਛ ਨਿਕਾਲ ਘੱਟ ਗਿਆ, ਇਹ ਜਿਹੜਾ ਆਪਣੇ ਇਹਦੇ ਖਾਦਾਂ ਦੇ ਰੇਟ ਵੱਧ ਗਏ, ਕਿਸਾਨ ਤਾਂ ਉਹੀ ਪਿੱਛਿਆ ਜਾ ਰਿਹਾ, ਇਹਦਾ ਤਾਂ ਕੋਈ ਇਹਦੇ ਬਿਨਾਂ ਕੋਈ ਗੁਜ਼ਾਰਾ ਨਹੀਂ। ਫਿਰ ਵੀ ਅਸੀਂ ਕਹਿੰਦੇ ਹਾਂ ਆਪਣੇ ਜਥੇਬੰਦੀ ਵੱਲੋਂ ਵੀ ਜਿਹਦਾ ਅੱਗ ਲਾਏ ਬਿਨਾਂ ਸਰਦਾ ਸਾਰੋ, ਉਹਨੂੰ ਦੂਏ ਲੋਡ ਕਰੋ, ਜਿਹਦੀ ਮਜਬੂਰੀ ਹੈ ਉਹ ਅੱਗ ਲਾਓ।